ਬਾਬੇ ਜੈ ਭੋਲੇਨਾਥ, ਯਾਤਰਾ ਕਰ ਦਿੱਤੀ ਆਪਾਂ ਸ਼ੁਰੂ। ਟਾਈਮ ਹੋ ਗਿਆ ਜੀ 7:30 ਤਰੀਕ ਹੈਗੀ, ਅੱਜ 8 ਤਰੀਕ ਹੈ, ਸਵੇਰੇ ਸਵੇਰੇ। ਅੱਜ ਮੌਸਮ ਸਾਫ਼ ਸੀ ਅਤੇ ਪੁਲਿਸ ਵਾਲਿਆਂ ਸਰ ਕੋਲ ਇੱਥੇ ਹੈਗੇ ਸੀ, ਉਹਨਾਂ ਕੋਲ ਗਏ ਅਤੇ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਅੱਗੇ ਜਾਣ ਦੀ। ਬਸ ਆਪਣੀ ਟੋਕਨ ਪਰਚੀ ਲਿਖਵਾਈ, ਨੰਬਰ ਲਿਖਵਾਇਆ ਅਤੇ ਕਰਤੀ ਯਾਤਰਾ ਸਟਾਰਟ। ਜੈ ਭੋਲੇਨਾਥ। ਜੈ ਬੋਲੇ, ਬੰਬਮ ਬੋਲੇ, ਸਿੱਧੀ ਚੜ੍ਹਾਈ ਆ। ਜੈ ਬਾਬਾ ਭੋਲੇਨਾਥ। ਥੋੜ੍ਹਾ ਜਿਹਾ ਚੜ੍ਹੇ ਹਾਂ ਜੀ, ਬਿਲਕੁਲ ਸਿੱਧੀ ਚੜ੍ਹਾਈ ਆ, ਸਾਹ ਤੁਸੀਂ ਵੇਖ ਹੀ ਸਕਦੇ ਹੋ। ਜਾਂ ਇੱਦਾਂ 15-20 ਮਿੰਟ ਹੋਏ ਚੜ੍ਹੇ ਦੇ, ਪਰ ਕੋਈ ਗੱਲ ਨਹੀਂ, ਆ ਸਕਦੇ ਤੁਸੀਂ ਸਾਰੇ ਇੱਥੇ ਦਰਸ਼ਨ ਕਰਨ। ਰਸਤਾ ਇੱਦਾਂ ਦਾ ਜੰਗਲ ਦੇ ਵਿੱਚੋਂ ਪਿੱਛੇ। ਜੈ ਬੋਲੇ, ਆਹ ਦੇਖੋ ਸਾਫ਼ ਮੌਸਮ। ਬੋਲੇ ਦੇਖੋ ਰਸਤੇ 'ਚ ਕਿੱਡੀ ਪਿਆਰੀ ਲੋਕੇਸ਼ਨ ਆਈ ਆ, ਹਰ ਹਰ ਮਹਾਂਦੇਵ, ਸ਼ੰਕਰ ਹੀ ਸ਼ੰਕਰ। ਯਾਤਰਾ ਕਰ ਦਿੱਤੀ ਸਟਾਰਟ, ਕੈਲਾਸ਼ ਵਾਸੀ ਕਿਨੌਰ ਕੈਲਾਸ਼, ਬੋਲੇ ਬਾਬਾ ਜੀ ਦੀ। ਬੋਲੇ ਰਸਤਾ ਦੇਖੋ, ਉਹ ਮੇਰੇ ਭੋਲੇ ਦਾ ਡਮਰੂ ਜਾਣ ਦੇ ਉੱਪਰ, ਕੈਲਾਸ਼ ਪਰਬਤ, ਹਰ ਹਰ ਮਹਾਂਦੇਵ। ਜੈ ਬੋਲੇ, ਹਰ ਹਰ ਮਹਾਂਦੇਵ। ਅੱਜ ਮੌਸਮ ਸਾਫ਼ ਹੈ, ਯਾਤਰਾ ਕਰਦੇ ਪਏ ਹਾਂ, ਮੇਰੇ ਹਿਸਾਬ ਨਾਲ 1 ਕਿਲੋਮੀਟਰ ਜਾਂ 1/2 ਕਿਲੋਮੀਟਰ ਹੀ ਆਏ ਹਾਂ। ਅਜੇ ਬਹੁਤ ਯਾਤਰਾ ਉੱਪਰ ਤੱਕ ਪਈ ਹੈ ਕਰਨ ਵਾਲੀ। ਉੱਪਰ ਇੱਕ ਘਰ ਆਇਆ, ਇਹ ਦੇਖੋ ਕਿੰਨੀ ਹਾਈਟ 'ਤੇ ਆ ਗਏ ਤੇ, ਅਜੇ ਮਤਲਬ ਬਹੁਤ ਹੀ ਨੋਰਮਲ ਹਾਈਟ ਹੈ, ਅਜੇ ਬਹੁਤ ਹਾਈਟ 'ਤੇ ਜਾਣਾ ਸੀ। ਬੋਲੇ ਇੱਕ ਕੈਵੀ ਘਰ ਆਉਂਦਾ ਅੱਗੇ ਜਾ ਕੇ, ਚਾਹ ਨਾਸ਼ਤਾ ਵਗੈਰਾ ਜੋ ਕਰਨਾ ਚਾਹੋ ਕਰ ਸਕਦੇ ਹੋ ਰਸਤੇ ਵਿੱਚ, ਕਿਉਂਕਿ ਇਸ ਤੋਂ ਉੱਪਰ ਕੁਛ ਵੀ ਨਹੀਂ ਹੈ। ਪਾਣੀ ਵਗੈਰਾ ਖਾਣ ਪੀਣ ਵਾਸਤੇ ਕੁਛ ਵੀ ਨਹੀਂ, ਤੁਹਾਡਾ ਆਪਣਾ ਹੀ ਜੋ ਤੁਸੀਂ ਨਾਲ ਲੈ ਕੇ ਆਓਗੇ ਉਹੀ ਖਾ ਸਕਦੇ ਹੋ। ਬੋਲੇ ਜਿਹੜੇ ਵੀ ਗੈਸਟ ਹਾਊਸ ਦੇ ਵਿੱਚ ਤੁਸੀਂ ਰੁਕੋਗੇ, ਜਦੋਂ ਵੀ ਸਵੇਰ ਨੂੰ ਯਾਤਰਾ ਸਟਾਰਟ ਕਰੋਗੇ, ਨੈਕਸਟ ਡੇ ਜਦੋਂ ਵੀ ਰਜਿਸਟ੍ਰੇਸ਼ਨ ਕਰਵਾ ਕੇ ਸਵੇਰ ਦਾ ਨਾਸ਼ਤਾ ਪੈਕ ਕਰਵਾ ਕੇ ਨਾਲ ਲੈਣਾ, ਕਿਉਂਕਿ ਇਹ ਰਸਤੇ 'ਚ ਲਾਸਟ 2-3 ਢਾਬੇ ਆਉਂਦੇ, ਬਸ ਉਸ ਤੋਂ ਉੱਪਰ ਪਾਣੀ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ। ਅਗਰ ਮਿਲ ਵੀ ਗਿਆ ਤਾਂ ਉਹ ਡਬਲ ਟ੍ਰਿਪਲ ਰੇਟ 'ਤੇ ਮਿਲੇਗਾ। ਬੋਲੇ ਨਾ ਦਰਬਾਰ ਕੀ ਜੈ। ਜੈ ਬੋਲੇ, ਹਰ ਹਰ ਮਹਾਦੇਵ। ਜੈ ਬੋਲੇ, ਜੈ ਬੋਲੇ ਭੋਲੇਨਾਥ। ਬੋਲੇ ਚੈੱਕ ਕਰੋ ਕਿੱਦਾਂ ਦੇ ਜੰਗਲ ਰਸਤੇ ਵਿੱਚ, ਦੇਖੋ ਕਿੱਥੇ ਡੇਰਾ ਲਾਇਆ ਦਾ ਪ੍ਰਭੂ ਨੇ, ਤੇ ਕਿੱਦਾਂ ਦੇ ਜੰਗਲ ਰਸਤਿਆਂ ਵਿੱਚ ਜਾਂਦੇ ਪਏ ਆ। ਆਹ ਦੇਖੋ ਤੁਸੀਂ ਸਾਰਾ ਜੰਗਲ ਹੀ ਜੰਗਲ, ਉਹ ਥੱਲੇ ਗੰਗਾ ਮਈਆ ਉੱਪਰ ਬੈਠੇ ਨੇ ਪ੍ਰਭੂ ਸਾਡੇ, ਬਸ ਚੱਲੇ ਆ ਉੱਥੇ ਤੱਕ ਲੈ ਜਾਣ ਪ੍ਰਭੂ। ਸੋ ਬੋਲੇ ਕਨਫਿਊਜ਼ ਹੋ ਗਏ ਆ, ਅਗਰ ਕਿਸੇ ਨੂੰ ਭੁਲੇਖਾ ਲੱਗੇ ਕਿ ਰਾਹ ਕਿਹੜੇ, ਜਿੱਦਾਂ ਦੋ ਰਾਹ ਆ ਜਾਣਾ ਉੱਪਰ ਜਾਣਾ ਜਾਂ ਵਾਲੇ ਥੱਲੇ ਰਾਹ ਜਾਣਾ, ਤਾਂ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਆ ਛੋਟਾ ਜਿਹਾ ਨਿਸ਼ਾਨ ਲੱਗੇ ਦਾ ਪੱਥਰ ਉੱਤੇ, ਅਤੇ ਇੱਕ ਇਹ ਵੀ ਲੱਗਿਆ ਹੋਇਆ ਐਰੋ ਦਾ ਨਿਸ਼ਾਨ, ਯਾਨੀ ਕਿ ਇਹ ਵਾਲੇ ਰਸਤੇ ਤੁਸੀਂ ਜਾਣਾ, ਬਿਲਕੁਲ ਹੀ ਉਹ ਪਹਿਲਾਂ ਥੱਲੇ ਜਾ ਕੇ ਫਿਰ ਉੱਪਰ ਚੜ੍ਹਾਈ ਹੈਗੀ। ਸੋ ਭੁਲੇਖਾ ਨਹੀਂ ਖਾਣਾ, ਇਹ ਵਾਲਾ ਰਸਤਾ ਨਹੀਂ, ਇਹ ਵਾਲਾ ਰਸਤਾ ਤੁਸੀਂ ਦੇਖ ਸਕਦੇ ਹੋ ਨਿਸ਼ਾਨ, ਇਹ ਵਾਲੇ ਰਸਤੇ ਜਾਣਾ ਸਾਰੇ ਤੁਸੀਂ। ਜੈ ਜੈ ਭੋਲੇਨਾਥ, ਸ਼ੰਕਰ ਹੀ ਸ਼ੰਕਰ। ਜੈ ਬੋਲੇ, ਜੈ ਬੋਲੇ, ਜੈ ਬੋਲੇ। ਚੈੱਕ ਕਰੋ ਉਹ ਰਸਤੇ ਤੋਂ ਤੁਸੀਂ ਦੇਖ ਸਕਦੇ ਹੋ, ਬੋਲੇ ਉਹ ਉੱਪਰ ਜਾਣਾ, ਉਹ ਦੇਖੋ ਭੋਲੇ ਰਸਤਾ। ਜੈ ਸ਼ੰਭੂ, ਜੈ ਸ਼ੰਕਰ, ਜੈ ਭੋਲੇਨਾਥ, ਜੈ ਭੋਲੇਨਾਥ, ਹਰ ਹਰ ਮਹਾਂਦੇਵ। ਬ੍ਰਿਜ ਪਾਰ ਕਰਨ ਲੱਗੇ ਹਾਂ, ਧੁੱਪ ਵੀ ਲੱਗ ਚੁੱਕੀ ਹੈ। ਇਹ ਰਸਤਾ, ਜੈ ਬੋਲੇ, ਜੈ ਬੋਲੇ, ਜੈ ਬੋਲੇ, ਜੈ ਜੈ ਮਹਾਦੇਵ। ਇਹ ਰਸਤਾ ਭੋਲੇ ਉੱਪਰ ਜਾਣ ਦਾ।
ਕੋਲਿਆਂ ਤੁਸੀਂ ਦੇਖ ਸਕਦੇ ਹੋ ਰਸਤੇ ਵਿੱਚ ਇੱਦਾਂ ਦੇ ਬੋਰੇ ਵਗੈਰਾ ਲਗਾਏ ਹੋਏ ਆ ਡਸਟਬਿਨ ਵਾਸਤੇ। ਤੁਹਾਡੇ ਕੋਲ ਕੋਈ ਵੀ ਕਚਰਾ ਵਗੈਰਾ ਹੈਗਾ ਬੈਗ 'ਚ ਪਾਇਆ ਜਾਂ ਤੁਸੀਂ ਨਾਲ ਖਾਂਦੇ ਆਉਂਦੇ ਲੈਂਦੇ ਆਉਂਦੇ, ਹੁਣ ਰਸਤੇ 'ਚ ਕਿਚਰਾ ਸੁੱਟਿਓ ਬੈਗ 'ਚ ਪਾ ਲਿਓ, ਬੈਗ 'ਚ ਰਸਤੇ ਜਿੱਥੇ ਵੀ ਮਿਲੇ ਉਹਦੇ ਵਿੱਚ। ਚੜ੍ਹਾਈ ਦੇਖੋ ਸਿੱਧੀ ਖੜੀ ਚੜ੍ਹਾਈ ਆ, ਪਰ ਕੋਈ ਨਹੀਂ ਸ਼ੰਭੂ ਤੇਰਾ ਨਾਮ ਲੈਂਦੇ ਲੈਂਦੇ ਚੜ੍ਹ ਜਾਵਾਂਗੇ, ਕੋਈ ਚੱਕਰ ਨਹੀਂ। ਐਂਡ ਗੱਲਬਾਤ, ਜੈ ਸ਼ੰਕਰ, ਸ਼ੰਕਰ ਹੀ ਸ਼ੰਕਰ ਆ, ਜੈ ਜੈ ਭੋਲੇਨਾਥ। ਜੈ ਬੋਲੇ, ਜੈ ਬੋਲੇ। ਠੀਕ ਆ ਜੇ ਤੱਕ ਮੌਸਮ ਵੀ, ਵੈਦਰ ਵੀ, ਚੜ੍ਹਾਈ ਚੜ੍ਹਦੇ ਪਏ ਹਾਂ, ਥੋੜ੍ਹਾ ਥੋੜ੍ਹਾ ਸਾਹ ਚੜ੍ਹਦਾ ਤੇ ਪਿਆ, ਪਰ ਠੀਕ ਆ ਚੱਲੀ ਜਾਂਦੇ ਕੋਲੇ ਦੀ ਮਸਤੀ ਲੈ ਕੇ। ਜੈ ਭੋਲੇਨਾਥ, ਹਰ ਹਰ ਮਹਾਦੇਵ। ਜੈ ਮਹਾਦੇਵ। 7:30 ਵਜੇ ਤੁਰੇ ਸੀ ਆਪਾਂ, ਇਹ ਹੁਣ ਟਾਈਮ ਹੋ ਚੁੱਕਾ 10:15 ਵਜੇ ਦਾ, ਕਾਫੀ ਹਾਈਟ ਤੇ ਆ ਗਏ ਹਾਂ, ਰਹਿ ਗਿਆ ਤਾਂ ਬਸ ਹੋਰ 2-3 ਘੰਟੇ ਰਸਤਾ। ਆਈ ਥਿੰਕ ਆਪਾਂ ਦੁਪਹਿਰ 1-2 ਵਜੇ ਤੱਕ ਪਹੁੰਚ ਹੀ ਜਾਵਾਂਗੇ, ਹਿੰਮਤ ਅਗਰ ਕਰਦੇ ਰਹਾਂਗੇ ਤੇ ਪਹੁੰਚ ਹੀ ਜਾਵਾਂਗੇ 2-3 ਵਜੇ ਤੱਕ। ਕਿੰਨੀ ਜ਼ਿਆਦਾ ਹਾਈਟ ਤੇ ਆਪਾਂ ਆ ਗਏ ਤੇ ਰਸਤੇ ਚੈੱਕ ਕਰੋ ਤੁਸੀਂ ਕਿਸ ਤਰ੍ਹਾਂ ਦੇ। ਜਦੋਂ ਵੀ ਯਾਤਰਾ ਤੇ ਆਓ ਇੱਦਾਂ ਡਰਾਈ ਫਰੂਟ ਨਾਲ ਜ਼ਰੂਰ ਲੈ ਕੇ ਆਓ, ਖਰੋਟ ਹੈ, ਕਾਜੂ ਹੈ, ਮਨੱਕਾ, ਇਹ ਚੀਜ਼ਾਂ ਖਾਓ। ਡਾਇਟ ਭੁਜੀਆ, ਬਦਾਮ ਨਹੀਂ ਖਾਣੇ, 1 ਛੋਲੇ ਲੈ ਕੇ ਆਉਣੇ ਆ, ਬੈਗ ਦਾ ਵੇਟ ਜਿੰਨਾ ਘੱਟ ਹੋ ਸਕੇ। ਬੋਲੇ ਆਜੋ, ਆਜੋ ਬੋਲੇ, ਆਜੋ 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 ਆਜੋ, ਜੈ ਹੋ, ਜੈ ਸ਼ੰਭੂ, ਜੈ ਸ਼ੰਭੂ। ਬੋਲੇ ਰੁਕ ਜਾਓ, ਰੁਕ ਜਾਓ, ਰੁਕ ਗਏ ਵੇਲਾ। ਇਹ ਸਾਨੂੰ ਯਾਤਰਾ ਕਰਾ ਰਹੇ ਨੇ ਪ੍ਰਭੂ ਨੇ, ਕਾਲ ਭੈਰਵ ਜੀ ਦਾ ਰੂਪ ਭੇਜਿਆ। ਬੋਲੇ ਇੱਧਰੋਂ ਆਓ, ਬੋਲੇ ਇੱਧਰੋਂ ਆਓ, ਆਜੋ 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 ਆਓ, ਇੱਧਰੋਂ ਚਲੀਏ। ਜੈ ਹੋ, ਜੈ ਹੋ, ਜੈ ਹੋ, ਕਿਆ ਬਾਤ ਹੈ, ਕਿਆ ਬਾਤ ਹੈ, ਸ਼ੰਕਰ ਹੀ ਸ਼ੰਕਰ ਹੈ। ਬੋਲੇ ਹੁਣ ਨਾ ਰੁਕਿਓ, ਚੜ੍ਹੀ ਜਾਓ, ਬਸ ਹੋਰ ਥੋੜ੍ਹੀ ਦੇਰ ਤੱਕ ਪਹੁੰਚ ਹੀ ਜਾਣਾ ਆਪਾਂ ਗਣੇਸ਼ ਪਾਰਕ। ਇਹ 10 ਕਿਲੋਮੀਟਰ ਕਵਰ ਕਰਾਂਗੇ ਤਾਂਗਲਿੰਗ ਤੋਂ, ਗਣੇਸ਼ ਪਾਰਕ ਦਾ ਰਸਤਾ ਤੁਸੀਂ ਦੇਖ ਸਕਦੇ ਕਿੱਦਾਂ ਦਾ। ਉਹ ਵੇਖੋ ਬੋਲੇ ਕਿੱਥੋਂ ਆਉਂਦੇ ਪਏ ਲੋਕੀ, ਉਹ ਵੇਖੋ ਉੱਪਰ ਉੱਪਰ ਬੱਦਲ ਬਣ ਗਏ ਆ। ਜੈ ਭੋਲੇਨਾਥ, ਹਰ ਹਰ ਮਹਾਦੇਵ, ਨਾਰਾਇ ਵੀਰ ਬਜਰੰਗੇ, ਹਰ ਮਹਾਦੇਵ। ਇਧਰੋਂ ਆ, ਇਧਰੋਂ ਜੈ ਹੋ ਬੋਲੇ, ਜੈ ਬੋਲੇ, ਜੈ ਬੋਲੇ, ਜੈ ਜੈ ਭੋਲੇਨਾਥ, ਜੈ ਬੋਲੇ। ਉਹ ਵੇਖੋ ਸ਼ਹਿਰ ਦਾ ਨਜ਼ਾਰਾ, ਉਹ ਸਾਰਾ ਸ਼ਹਿਰ ਟਾਂਗਲਿੰਗ ਵਿਲੇਜ, ਉੱਪਰ ਪਹਾੜਾਂ ਤੁਸੀਂ ਬੱਦਲ ਵੇਖੋ, ਭੋਲੇਨਾਥ ਦੀ ਪੂਰੀ ਕਿਰਪਾ, ਉੱਥੇ ਪਹੁੰਚ ਗਏ ਹਾਂ, ਲੈ ਕੇ 2-3 ਕਿਲੋਮੀਟਰ ਹੋਰ ਬਸ ਉੱਪਰ। ਵੇਖ ਲਓ ਭੋਲੇ ਕੋਲ ਪਹੁੰਚਣਾ ਕੋਈ ਸੌਖਾ ਨਹੀਂ ਹੈ, ਰਸਤੇ ਵੇਖੋ ਭੋਲੇਨਾਥ ਦੇ ਕੈਸੇ ਕੈਸੇ ਆ। ਉਹ ਵੇਖੋ ਰਸਤੇ ਪੇੜ ਡਿੱਗੇ ਦੇ, ਕਿਸ ਤਰ੍ਹਾਂ ਨੂਹਣ ਪਾਰ ਕਰਨਾ ਭੋਲੇਨਾਥ ਕੋਲ ਪਹੁੰਚਣਾ, ਉਹ ਤੀ ਵੱਡੀ ਗੱਲ ਵਾ। ਜੈ ਜੈ ਮਹਾਦੇਵ, ਸ਼ੰਕਰ ਹੀ ਸ਼ੰਕਰ ਹੈ, ਭੋਲੇਨਾਥ, ਜੈ ਜੈ ਭੋਲੇਨਾਥ। ਓਹ
कौन सा पेड़ है ये, को वो जो लगे हुए हैं वो क्या चीज़ है, क्या कोई फायदा होता है इसका, क्या कोई फल होता है इसका? तो हमें पता नहीं, इतना न्यूज़ होता है, न्यूज़ के पेड़ ऊपर वहाँ अच्छा, ये चुल्ली का पेड़, इससे इससे ये क्या होता है? ये उटैक मिला हुआ इसके तेल को। अच्छा, खा के देखो, टेस्ट करके देखो क्या चीज होती है ये। ये फ्रूट है, फ्रूट है ये, फ्रूट अभी तो कच्चा है ना, एप्रिकॉट बोलते हैं इसको, एप्रिकॉट, एप्रिकॉट। जय जय शंकर महादेव, जय शंकर। काफ़ी चढ़ाई चढ़न तो बाद हूँ जाके गणेश पार्क दिखाया, गणेश पार्क नए घंटे रस्ता लागे पहुँच ही गए हैं, दोपहर के 2 बज गए। जय भोलेनाथ, काम हो गया था, मैनू मेडिसिन सारी खाधी तो है, पर वो देखो भोले, ओ देखो बदल बने थे भोले। व्यू चेक करो, किन्नौर कैलाश भोलेनाथ की नगरी का, बहुत ही टफ यात्रा, तुम आना भी आ सकते हो, बाबा की पूरी हिम्मत कृपा इतनी मिलती है। जय बोले, जय जय बोले शंकर शंकर बोले। देखो गणेश पार्क का व्यू, 3 बज गए हैं तो आप करा रेस्ट, कैंप लेने कि अपना तो सामने लगे सपना चौधरी जी का टेंट, तो नाल ही इतने पुलिस वालों का बेस कैंप, इतों ही टोकन नंबर तुहाडा मेडिकल वगैरह सब कुछ चेक होएगा, तो अगे जान देने के ए वाला रस्ता उपर कैलाश वाला। यह देखो, वो देखो कितनी हाइट दिखी हुई। जय बोले, 12 बजे उठांगे तो 1 बजे तक रेडी हो गए, 2 बजे तक निकल जाएंगे भोले दे परमान, सवेरे 10 बजे तक उधर पहुँच सकते हैं, तो फिर उतो दर्शन करके वापस भी आना। छोटा जहा मंदिर है, जय जय बोले, जय जय बोले, जय जय बोले। लगी गया व्यू, तो मौसम वैंड है, टोकन नंबर वगैरह चेक करावे सारा करवा के, सारा उन्हें चेक करवा लेंगे, फिर सोवे रेस्ट करा रात, फिर 12 बजे उठागे तो फिर करा भोले जी के दर्शन। जय शंकर महाराज, वीडियो में शेयर जरूर कर दियो जे भोले के भगत हो। जय भोले, जय शंकर महादेव। तो लो जी इन्नी हाइट ते आ गए, गणेश पार्क आ गए, 4:15 हो गए हैं, हूँ आप करा रेस्ट लै लिया प्रभु, आप टेंट फिक्स है हर एक चीज़ के, 1300 का रेट है, सानू मिले विद लंच डिनर चाह ब्रेकफास्ट स्वेर का 1100 मिले। वेखो व्यू चेक करो, जय जय शंकर बोले, हर हर महादेव। साढ़े पे बैग वगैरह टेंट का सारा व्यू, जय शंकर महादेव। हूँ आप करते हैं रेस्ट, मैं तुम दस नहीं सकता इदा की फीलिंग, शायद मैं कभी मैं महसूस नहीं कर सकता ही यह जगह तो मैं आ सकता इदा टेंट वगैरह लैके। प्रभु का प्रभु के घर रहा सी इस टाइम, सामने ही प्रभु बैठे हुए ने, बहुत आनंद आता पे। हूँ आप प्रसाद तैयार करा, प्रभु का नाम लेंदे जावे हौली हौली। जय जय बोले, जय जय बोले, हर हर महादेव। मैं तुम सारे एक गल दस देव, अगर तुम यूट्यूब वगैरह से वीडियो देख के आते पे हो या कोई कहते थानू बहुत आसान है यात्रा, मैं कहना जो तुहाडे मन च शरदा फेर आओ। जय भोलेनाथ, हर हर महादेव। बना लगे हैं प्रभु भोलेनाथ जी का प्रसाद, साढ़े मन की इच्छा ही भुवनेश्वर पर पहुँचागे, वैसे तो इच्छा ही कि किन्नौर उपर कैलाश लागे बनाइए, पर साड़ी इन्नी हिम्मत नहीं हैगी, गणेश पार्क ही प्रभु का थोड़ा जहा प्रसाद बनावे, जिन्हें भी साढ़े लागे आले दुआले टेंट है कल करांगे यात्रा किन्नौर की, वो भी तुम्हें दर्शन करावे। वीडियो वो तो वह लाइक कमेंट शेयर कर दो, अगर तुम इतने आए हो कभी या आना चाहते हो जगह, यह वाला जो बर्तन है ना यह बिल्कुल सुचा साफ है, बोले साफ बोतल ही थलो लैके आए हैं।
ਜੈ ਸ਼ੰਕਰ 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 ਹੈ ਅਤੇ ਘਿਓ ਪਾ ਤਾ ਆਪਾਂ ਦੇਸੀ ਹੁਣ ਇਹਦੇ ਵਿੱਚ ਪਾਉਂਦੇ ਹਾਂ ਸੂਜੀ ਅਤੇ ਫਲੇਮ ਥੋੜ੍ਹਾ ਘੱਟ ਕਰ ਲਈਏ ਡਿਮ ਕਰ ਲੈਣ ਸੇਕਾ ਘਿਓ ਪੱਕ ਚੁੱਕਿਆ ਪਾਉਣ ਲੱਗੇ ਆਪਾਂ ਸੂਜੀ ਇਹਦੇ ਵਿੱਚ ਜੈ ਜੈ ਬੋਲੇ ਹਰ ਹਰ ਕ੍ਰਿਸ਼ਨ ਦੇਵ ਲਓ ਜੀ ਸੂਜੀ ਪਾਤੀ ਆਪਾਂ ਫਲਟਾ ਮਾਰੀ ਜਾਈ ਭੋਲੇਨਾਥ ਸ਼ੰਕਰ ਪ੍ਰਸ਼ਾਦ ਤਿਆਰ ਹੋਣ ਦਿਆ ਪ੍ਰਭੂ ਦਾ ਕੜਾਹ ਦਾ ਭਾਬੀ ਤੇਰੀ ਕਹਿੰਦੀ ਇਹਨੂੰ ਪਹਿਲਾਂ ਲਾਲ ਕਰਨਾ ਪਹਿਲਾਂ ਇਹਦੇ ਵਿੱਚ ਘਿਓ ਪਾਉਣਾ ਘਿਓ ਗਰਮ ਹੋ ਜਾਏਗਾ ਇਹਦੇ 'ਚ ਸੂਜੀ ਪਾ ਲੈਣੀ ਆ ਅਤੇ ਸੂਜੀ ਥੋੜ੍ਹੀ ਲਾਲ ਹੋਣ ਲੱਗ ਪਏ ਥੋੜ੍ਹਾ ਜਿਹਾ ਪਾਣੀ ਅਤੇ ਖੰਡ ਫਿਰ ਇਹਨਾਂ ਦੇ ਪਾ ਦੇਣੇ ਡਰਾਈ ਫਰੂਟ ਬਣਾ ਖੁੱਲ੍ਹਾ ਬਣਾ ਜੈ ਜੈ ਬੋਲੇ ਸਾਰੇ ਬਣਨਾ ਜਿੱਥੇ ਲਾਗੇ ਫਿਰ ਕਰਦੇ ਹਾਂ ਰੈਸਟ ਕਿਉਂਕਿ ਰੈਸਟ ਵੀ ਬੜੀ ਜ਼ਰੂਰੀ ਰਹਤੀ 12-1 ਵਜੇ ਫਿਰ ਉੱਠਣਾ ਆਪਾਂ ਇੱਛਾ ਤਾਂ ਬਹੁਤ ਹੀ ਮਨ ਦੇ ਵਿੱਚ ਕਿ ਪ੍ਰਸ਼ਾਦ ਉੱਥੇ ਬਣਾਉਣਾ ਪਰ ਇੰਨੀ ਹਿੰਮਤ ਨਹੀਂ ਹੈਗੀ ਇੱਥੋਂ ਤੱਕ ਅਸੀਂ ਜਿੱਦਾਂ ਲੈ ਕਹਿੰਦਾ ਚਲੋ ਇੰਨੀ ਹਿੰਮਤ ਹੈ ਪ੍ਰਭੂ ਨੇ ਪੂਰੀ ਸਿੰਧਿਆ ਦੱਸ ਸੁਣਾ ਕੋਈ ਗੱਲਬਾਤ ਕਰ ਉੱਧਰ ਸਾਹਮਣੇ ਜੈ ਬੋਲੇ ਹਰ ਹਰ ਮਹਾਦੇਵ ਜੈ ਬੋਲੇ ਕੜਾਹ ਸਾਡਾ ਬਣ ਚੁੱਕਿਆ ਬਸ ਪਾਣੀ ਚੀਨੀ ਵਗੈਰਾ ਪਾ ਦਿੱਤੀ ਹੈ ਡਰਾਈ ਫਰੂਟ ਰਹਿ ਗਿਆ ਵਿੱਚ ਪਾਉਣ ਵਾਲਾ ਸਾਰਿਆਂ ਨੂੰ ਇੱਥੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਬਣਦੇ ਹਾਂ ਜੈ ਬਾਬਾ ਕਿਨੋਰ ਕੈਲਾਸ਼ ਸਭ ਕੁਝ ਪੋਇਆ ਸੌਂਗੀਆਂ ਬਦਾਮ ਸਾਰੀਆਂ ਆਈਟਮਾਂ ਪਾਈਆਂ ਆਪਾਂ ਇਹਦਾ ਪੂਰਾ ਹੋ ਗਿਆ ਮੈਂ ਉਹਦੇ ਵਾਸਤੇ ਕੱਢਦਾ ਵਾਂ ਰੁੱਖ ਡੂਨੇ ਤੂੰ ਤੇਰੇ ਕੋਲ ਕਿੰਨੇ ਕੁ ਹੋਏ 4 ਡੂਨੇ ਨੇ ਇਹ ਹੱਥਾਂ 'ਚ ਮਾੜਾ ਮਾੜਾ ਜਾਣਾ ਜੇ ਜੋ ਆਉਣਾ ਕੋਈ ਹੈਗਾ ਵਾ ਜਾਓ ਇਕੱਠੇ ਨਾਲ ਹੀ ਬਣ ਰਹੇ ਮੈਨੇਜਰ ਦੂਜਾ ਤਿਆਰ ਕਰਾਂ ਭੋਗ ਲਵਾ ਲਿਆਓ ਫਿਰ ਮਾੜਾ ਜਿਹਾ ਅਸੀਂ 2 ਚਮਚੇ ਲੈ ਜਾ ਉੱਥੋਂ ਪਾ ਕੇ ਅਤੇ ਭੋਗ ਲਵਾ ਕੇ ਲਾਇਆ ਅਤੇ ਆਣ ਕੇ 'ਚ ਪਾ ਦੇ ਜਿਹਨਾਂ ਟੈਂਟ 'ਚ ਆਪਾਂ ਰੁਕੇ ਦੇਣਾ ਵਾਲੇ ਇਹਨੂੰ ਮਾੜਾ ਕਹਿ ਕੇ ਚਾਹ ਚੂਹ ਭੇਜੋ ਭਰਾ ਬੈਠੇ ਦੇ ਹਾਂ ਕੋਈ ਹੈ ਨਹੀਂ ਕੋਈ ਖਾਣਾ ਵਗੈਰਾ ਚਾਹੇ ਹੈਂ ਇੱਧਰ ਆਉਣਾ ਪੜੇਗਾ ਆ ਗਿਆ ਫਿਰ ਆ ਗਏ ਮੈਂ ਜੋ ਕਹਿਣ ਜਿਹੜੇ ਲੇਟ ਗਏ ਜੋ ਲੇਟ ਵਾਪਸ ਆਉਂਦੇ ਨੇ ਉਹ ਕੜਾਹ ਵੀ ਸਾਡਾ ਬਣ ਚੁੱਕਿਆ ਅਤੇ ਭੋਗ ਵੀ ਲਵਾ ਲੈਂਦਾ ਥੱਲੇ ਛੋਟਾ ਜਿਹਾ ਮੰਦਰ ਗਣੇਸ਼ ਪਾਰਕ ਉੱਥੇ ਭੋਗ ਵੀ ਲਵਾ ਲੈਂਦਾ ਜੈ ਜੈ ਸ਼ੰਕਰ ਰਮਾ ਦੇ ਚੈੱਕ ਕਰੋ ਸਾਡਾ ਕੜਾਹ ਪ੍ਰਸ਼ਾਦ ਬਣ ਚੁੱਕਿਆ ਪ੍ਰਭੂ ਦਾ ਇਹ ਦੂਸਰਾ ਡੂੰਘਾ ਹੈ ਬਰਾਊਨ ਬਣਿਆ ਇਹਨੂੰ ਸੇਕਾ ਜ਼ਿਆਦਾ ਲੱਗਿਆ ਸਹੀ ਬਣਿਆ ਅਤੇ ਪਿਓਰ ਦੇਸੀ ਘਿਓ ਦੇ ਨਾਲ ਤਿਆਰ ਕੀਤਾ ਹੋਇਆ ਕੜਾਹ ਪ੍ਰਭੂ ਭੋਲੇਨਾਥ ਜੀ ਦਾ ਜੈ ਸ਼ੰਕਰ ਜੈ ਮਹਾਦੇਵ ਬੋਲੇ ਦੇ ਨਾਮ ਦਾ ਕੜਾਹ ਪ੍ਰਸ਼ਾਦ ਬਣ ਗਿਆ ਜੈ ਜੈ ਸ਼ੰਕਰ ਮਹਾਦੇਵ ਪ੍ਰਸ਼ਾਦ ਸਾਡਾ ਤਿਆਰ ਹੋ ਗਿਆ ਜੈ ਸ਼ੰਕਰ ਜੈ ਮਹਾਦੇਵ ਅਤੇ ਸਾਰਿਆਂ ਨੂੰ ਭਗਤਾਂ ਨੂੰ ਜਿੰਨੇ ਵੀ ਜਿਹਦੇ ਜਿਹਦੇ ਵੀ ਕਰਮਾਂ 'ਚ ਮੂਡ ਦੇ ਵਿੱਚ ਆਈ ਖੁਸ਼ੀ ਕਰਾਂਗੇ ਸਾਰਿਆਂ ਨੂੰ ਮਿਲ ਜੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਅਤੇ ਉਹ ਉੱਪਰ ਵਿਊ ਤੁਸੀਂ ਚੈੱਕ ਕਰੋ ਕਿਆ ਬਾਤ ਹੈ ਹਰ ਹਰ ਮਹਾਦੇਵ ਭੋਲੇਨਾਥ ਜੀ ਦਾ ਕੜਾਹ ਪ੍ਰਸ਼ਾਦ ਬਣ ਚੁੱਕਿਆ ਪ੍ਰਭੂ ਦਾ ਪ੍ਰਸ਼ਾਦ ਹੈ ਮਨ ਨਹੀਂ ਦਿਲ ਦੀ ਇੱਛਾ ਸੀਗੀ ਮੇਰੀ ਕਿ ਇਹ ਕੜਾਹ ਇੱਥੇ ਬਣੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਅਤੇ ਖਵਾਈਏ ਪ੍ਰਭੂ ਨੂੰ ਇਹਦੇ ਭਗਤ ਫੌਜ ਭੋਲੇਨਾਥ ਆਈ ਦੀ ਹੈ ਉਹਨਾਂ ਨੂੰ ਵੀ ਖਵਾਵਾਂਗੇ ਚਾਹੇ ਚਮਚ ਹੀ ਆਏ ਸਭ ਨੂੰ ਜੈ ਕੜਾਹ ਪ੍ਰਸ਼ਾਦ ਬਣ ਚੁੱਕਿਆ ਰੈਡੀ ਹੈ ਬਿਲਕੁਲ
ਕੀ ਰਿਪੋਰਟ ਆ? ਟੇਸਟੀ ਸਹੀ ਆ, ਬੜੀ ਨੰਬਰ ਜੈ ਬੋਲੇ ਹਰ ਮਹਾਦੇਵ। ਹਰ ਹਰ ਮਹਾਦੇਵ। ਸਾਰੇ ਪ੍ਰਸ਼ਾਦ ਵੰਡਿਆ ਗਿਆ, ਦੇਖੋ ਜੀ ਸਾਰਿਆਂ ਦਾ ਪ੍ਰਸ਼ਾਦ ਮਿਲ ਗਿਆ, ਬਹੁਤ ਖੁਸ਼ੀ ਹੁੰਦੀ ਮਨ ਨੂੰ। ਜੈ ਬੋਲੇ, ਜੈ ਸ਼ੰਕਰ, ਹਰ ਹਰ ਮਹਾਦੇਵ। ਸ਼ੰਕਰ ਹੀ ਸ਼ੰਕਰ ਹੈ। ਜੈ ਜੈ ਬੋਲੇ ਨਾਥ। ਵਿਊ ਚੈੱਕ ਕਰੋ ਤੁਸੀਂ, ਬੋਲੇ ਨਾਥ। ਜੈ ਬੋਲੇ ਨਾਥ, ਹਰ ਹਰ ਮਹਾਦੇਵ। 2:30 ਵੱਜ ਗਏ ਨੇ ਅਤੇ ਹੁਣ ਚੱਲੇ ਹਾਂ ਬਾਬਾ ਕਿੰਨਰ ਕਲਾਜ ਦੇ ਦਰਸ਼ਨ ਕਰਨ। ਨੱਕ ਕਲਾ ਮੇਰਾ ਖਰਾਬ ਆ, ਚੱਲੀ ਆ ਬਸ ਦਰਸ਼ਨ ਕਰੀਏ ਪ੍ਰਭੂ ਦੀ ਜਾ ਕੇ। ਜੈ ਜੈ ਬੋਲੇ। ਜੈ ਬੋਲੇ ਨਾਥ, ਹਰ ਹਰ ਮਹਾਦੇਵ। ਅਤੇ ਆਪਾਂ ਸਵੇਰੇ 3 ਵਜੇ ਯਾਤਰਾ ਸਟਾਰਟ ਕੀਤੀ ਸੀ, ਹੋਰ ਵੀ ਸਾਨੂੰ ਗਰੁੱਪ ਮੈਂਬਰ ਮਿਲ ਗਏ। ਰਸਤਾ ਹੀ ਭੜਕ ਗਏ ਸੀ, 2-3 ਘੰਟੇ ਘੁੰਮਦੇ ਰਹੇ। ਹੁਣ ਦਿਨ ਚੜਿਆ, ਇੱਧਰ ਇਹ ਵਾਲੀ ਸਾਈਡ ਸਹੀ ਰਸਤਾ ਲੱਭਿਆ ਗਣੇਸ਼ ਗੁਫਾ ਦਾ। ਅਤੇ ਕੋਰਾ ਦੀ ਦੇਖੋ, ਬੱਦਲ ਦੇਖੋ ਕਿੰਨੇ ਆ ਗਏ ਆ।